ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਨੂੰ ਦੇਖਦੇ ਹੋਏ ਕਰਫਿਊ ਲਗਾਇਆ ਗਿਆ ਹੈ। ਪਰ ਹੈਰਾਨੀ ਵਾਲੀ ਗੱਲ ਹੈ ਕਿ ਇਸ ਕਰਫਿਊ ਦੇ ਦੌਰਾਨ ਵੀ ਕਈ ਅਪਰਾਧਕ ਘਟਨਾਵਾਂ ਵੱਖ ਵੱਖ ਇਲਾਕਿਆਂ ਤੋਂ ਸਾਹਮਣੇ ਆ ਰਹੀਆਂ ਨੇ। ਇੱਕ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਹੁਸ਼ਿਆਰਪੁਰ ਦੀ ਮਿਸ਼ਰ ਕੁਟੀਆ ਆਸ਼ਰਮ ਦੇ ਸਵਾਮੀ ਪੁਸ਼ਪਿੰਦਰ ਸਵਰੂਪ ਤੇ ਲੁੱਟ ਦੀ ਨੀਅਤ ਦੇ ਨਾਲ ਜਾਨਲੇਵਾ ਹਮਲਾ ਕੀਤਾ ਗਿਆ। ਸਵਾਮੀ ਪੁਸ਼ਪਿੰਦਰ ਸਵਰੂਪ ਨੇ ਦੱਸਿਆ ਕਿ ਰਾਤ ਨੂੰ ਜਦੋਂ ਆਸ਼ਰਮ ਦੇ ਵਿੱਚ ਇਕੱਲੇ ਸੀ ਤਾਂ ਦੋ ਅਣਪਛਾਤੇ ਲੋਕਾਂ ਨੇ ਉਹਨਾਂ ਤੇ ਚਾਕੂ ਦੇ ਨਾਲ ਹਮਲਾ ਕਰਕੇ ਉਹਨਾਂ ਨੂੰ ਬੰਧਕ ਬਣਾ ਲਿਆ ਤੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ। ਜਿਕਰੇ ਖਾਸ ਹੈ ਕਿ ਅਲਮਾਰੀ 'ਚ ਪਿਆ ਕੈਸ਼ ਅਤੇ ਸੋਨਾ ਲੈ ਕੇ ਲੁਟੇਰੇ ਫਰਾਰ ਹੋ ਗਏ। ਇਹ ਜੀ ਰਾਤ ਦੀ ਵਾਰਦਾਤ ਹੈ, 9:39 'ਤੇ ਇੱਕ ਬੰਦਾ ਐਂਟਰ ਕੀਤਾ ਮੇਰੇ ਕਮਰੇ 'ਚ ਅਚਾਨਕ, ਹੱਥ 'ਤੇ ਚਾਕੂ ਸੀ ਅਤੇ ਉਸ ਬੰਦੇ ਨੇ ਮੇਰੇ 'ਤੇ ਹਮਲਾ ਸ਼ੁਰੂ ਕਰ ਦਿੱਤਾ। ਮੈਂ ਉਹਦਾ ਮਾਸਕ ਮੁਸਕ ਉਤਾਰਨ ਦੀ, ਪਰਨਾ ਜਿਹੜਾ ਬੰਨਿਆ ਸੀ ਉਤਾਰਨ ਦੀ ਕੋਸ਼ਿਸ਼ ਕੀਤੀ, ਪਰ ਮੇਰੀ ਰਿਟੈਲੀਸ਼ਨ ਦਾ ਉਹਨਾਂ ਨੇ ਇੱਕ ਬੰਦਾ ਹੋਰ ਨਾਲ ਆ ਗਿਆ, ਬੁਰੀ ਤਰ੍ਹਾਂ ਨਾਲ ਜਵਾਬ ਦਿੱਤਾ ਉਹਨਾਂ ਨੇ, ਮੇਰੇ ਮੂੰਹ ਨੂੰ ਲਪੇਟ ਦਿੱਤਾ, ਗਲਾ ਘੁੱਟ ਦਿੱਤਾ ਔਰ ਚਾਕੂਆਂ ਦੇ ਵਾਰ ਕੀਤੇ। ਉਸ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਬਹੁਤ ਜ਼ਿੱਦੋ ਜ਼ਿੱਦ ਕੀਤੀ, ਕਾਫੀ ਕੋਲਮਥੋਲ ਹੋਇਆ ਅਤੇ ਮੇਰੇ ਤੋਂ ਪੈਸੇ ਮੰਗਣ ਲੱਗੇ। ਮੈਂ ਕਿਹਾ ਅਲਮਾਰੀ 'ਚੋਂ ਲੈ ਲਓ, ਮੈਨੂੰ ਸਫੋਕੇਟ ਨਾ ਕਰੋ। ਫਿਰ ਉਹਨਾਂ ਨੇ ਮੈਨੂੰ ਇੱਕ ਜਗ੍ਹਾ ਨਪਾ ਕੇ ਮੇਰੇ ਹੱਥ ਟਾਈ ਕਰਕੇ, ਮੇਰੇ ਸਿਰ ਦੇ ਜ਼ਖਮ ਜਿਹੜੇ ਸੀ ਉਹ ਖੂਨ ਤੋਂ ਟਪਕ ਰਹੇ ਸੀ, ਅੱਖਾਂ ਮੇਰੀਆਂ ਸੁੱਜ ਗਈਆਂ ਸੀ, ਤਾਂ ਉਹਨਾਂ ਨੇ ਅਲਮਾਰੀ 'ਚੋਂ ਮੇਰੇ ਜਿਹੜੇ ਕੈਸ਼ ਸੀ ਉਹ ਕੱਢ ਲਿਆ, ਹੋਰ ਵੀ ਸਮਾਨ ਕੱਢ ਲਿਆ, ਜਿਹੜਾ ਵੀ ਥੋੜ੍ਹਾ ਜਿਹਾ ਦੋ ਤਿੰਨ ਅੰਗੂਠੀਆਂ ਔਰ ਚੈਨਾਂ ਦੀ ਇੱਕ ਛੋਟੇ ਜਿਹੇ ਪਰਸ ਵਿੱਚ ਸੀਗਾ, ਉਹ ਵੀ ਗਾਇਬ ਹੈ ਕਿਉਂਕਿ ਉਹ ਪਰਸ ਨੀਚੇ ਡਿੱਗਿਆ ਪਿਆ, ਹੁਣ ਕਨਫਰਮ ਹੋ ਰਿਹਾ। ਤਾਂ ਉਸ ਤੋਂ ਬਾਅਦ ਉਹ ਦੌੜ ਗਏ ਔਰ ਮੇਰੇ ਉੱਤੇ ਕਵੇ ਇੱਕ ਬੈਗ ਨਾਲ ਕਵਰ ਕਰਤਾ ਮੇਰਾ ਸਿਰ। ਜਦੋਂ ਉਹਨਾਂ ਦੇ ਜਾਣ ਤੋਂ ਬਾਅਦ ਮੈਨੂੰ ਆਹਟ ਵੀ ਨਹੀਂ ਹੋਈ ਅਤੇ ਮੈਂ ਹੌਲੀ ਹੌਲੀ ਪਿਆਖਿਆ ਕਿ ਉਹ ਚਲੇ ਗਏ। ਫਿਰ ਮੈਂ ਉੱਠ ਕੇ ਨਿਕਲ ਕੇ ਆਪਣੀ ਕੋਸ਼ਿਸ਼ ਕੀਤੀ, ਆਪਣੇ ਹੱਥ ਕਿਸੇ ਤਰ੍ਹਾਂ ਦੰਦਾਂ ਨਾਲ ਖੋਲ੍ਹੇ, ਫਿਰ ਮੈਂ ਆਪਣਾ ਫੋਨ ਟੁੰਡਿਆ, ਲੇਕਿਨ ਚਸ਼ਮੇ ਦੀ ਅਭਾਵ ਸੀ, ਚਸ਼ਮਾ ਮੇਰੇ ਕੋਲ ਨਹੀਂ ਸੀ, ਪਤਾ ਨਹੀਂ ਕਿੱਥੇ ਗੁੰਮ ਹੋ ਗਿਆ ਸੀ, ਕਿਸੇ ਨੂੰ ਫੋਨ ਨਹੀਂ ਕਰ ਸਕਿਆ। ਮੈਂ ਪੜੋਸੀਆਂ ਨੂੰ ਜਾ ਕੇ ਜਗਾਇਆ, ਬੁਲਾਇਆ ਉਹਨਾਂ ਨੂੰ, ਫਿਰ ਉਹਨਾਂ ਨੇ ਸਭ ਨੂੰ ਬੁਲਾਇਆ, ਫਿਰ ਤਲਵਾੜ ਸਾਹਿਬ ਆਏ, ਇਹਨਾਂ ਨੇ ਆ ਕੇ ਮੈਨੂੰ ਹੋਸਪਿਟਲ ਲੈ ਕੇ ਗਏ ਔਰ ਪੁਲਿਸ ਕਾਰਵਾਈ ਸ਼ੁਰੂ ਹੋਈ। ਕੀ ਲੱਗਦਾ ਸਰ, ਅਕੇਲੇਪਨ ਦਾ ਉਹਨਾਂ ਨੂੰ ਪਤਾ? ਹਾਂਜੀ, ਉਹਨਾਂ ਨੂੰ ਖਬਰ ਹੈ ਔਰ ਜਿਸ ਤਰ੍ਹਾਂ ਦੀਆਂ ਅਸੀਂ ਕਲੈਕਟ ਕੀਤੀਆਂ ਇਨਫੋਰਮੇਸ਼ਨਸ, ਉਦੋਂ ਤੋਂ ਪਤਾ ਲੱਗ ਰਿਹਾ ਕਿ ਉਹ ਲੋਕ ਇੱਥੇ ਆ ਕੇ ਰੇਕੀ ਕਰਦੇ ਰਹੇ ਆ। ਦੋ ਤਿੰਨ ਦਿਨ ਪਹਿਲਾਂ ਗਲੀ 'ਚੋਂ ਆ ਕੇ ਰੇਕੀ ਕਰਦੇ ਰਹੇ ਔਰ ਉਹਨਾਂ ਨੇ ਇਹ ਸਮਝ ਲਿਆ ਕਿ ਡੋਗੀਜ਼ ਬੰਨੇ ਹੋਏ ਹੁੰਦੇ ਆ ਔਰ ਬੰਦਾ ਇਸ ਵੇਲੇ ਇਕੱਲਾ ਹੁੰਦਾ ਹੈ। ਔਰ ਦੂਸਰੀ ਗੱਲ ਹੈ ਕਿ ਉਹਨਾਂ ਨੇ ਰਾਮਾਇਣ ਦੇ ਸੀਰੀਅਲ ਦੇ ਟਾਈਮ ਦਾ ਫਾਇਦਾ ਲਿਆ ਔਰ ਇੱਕ ਨਕਾਬਪੋਸ਼ੀ ਦਾ ਫਾਇਦਾ ਲਿਆ, ਕਿਉਂਕਿ ਦੋਨੋਂ ਚੀਜ਼ਾਂ ਲੋਕਡਾਊਨ ਵਿੱਚ ਜ਼ਰੂਰੀ ਹੈ। ਲੋਕ ਰਾਮਾਇਣ 'ਚ ਵੀ ਬੈਠੇ ਹੋਏ ਆ ਔਰ ਅੱਜ ਕੱਲ੍ਹ ਨਕਾਬ ਬਣ ਕੇ ਹਰ ਕੋਈ ਜਾ ਰਿਹਾ, ਉਹਦਾ ਦੋਨਾਂ ਦਾ ਲਾਭ ਉਹਨਾਂ ਨੇ ਲਿਆ। ਕੀ ਮੰਗ ਕਰਦੇ ਪ੍ਰਸ਼ਾਸਨ? ਮੈਂ ਕੀ ਮੰਗ ਕਰਦਾ ਜੀ, ਮੈਂ ਤਾਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਤੁਰੰਤ ਉਹਨਾਂ 'ਤੇ ਕਾਰਵਾਈ ਪਕੜ ਕੇ ਕੀਤੀ ਜਾਵੇ, ਵਰਨਾ ਉਹ ਤਾਂ ਹੋਰ ਵੀ ਵਾਰਦਾਤਾਂ ਕਰਨਗੇ। ਇਸ ਮੌਕੇ ਤੇ ਸਵਾਮੀ ਨੂੰ ਹਸਪਤਾਲ ਲਿਜਾਉਣ ਵਾਲੇ ਇੱਕ ਵਿਅਕਤੀ ਨੇ ਦੱਸਿਆ ਕਿ ਰਾਤ ਦਾ ਪੁਲਿਸ ਨੂੰ ਸੂਚਿਤ ਕੀਤਾ ਹੈ ਪਰ ਕੋਈ ਵੀ ਇਸ ਘਟਨਾ ਨੂੰ ਗੰਭੀਰਤਾ ਦੇ ਨਾਲ ਨਹੀਂ ਲੈ ਰਿਹਾ। ਰਾਤੀ ਮੈਨੂੰ 10 ਵਜੇ ਲਗਭਗ ਮੇਰੇ ਇੱਥੇ ਮਿੱਤਰ ਨੇ ਬਿੱਟੂ ਜੀ, ਉਹਨਾਂ ਦਾ ਟੈਲੀਫੋਨ ਆਇਆ ਕਿ ਸਵਾਮੀ ਜੀ ਨਾਲ ਘਟਨਾ ਘਟ ਗਈ ਹੈ, ਉਹਨਾਂ ਨੂੰ ਜਾਨੋ ਮਾਰ ਦੀ ਨੀਅਤ ਨਾਲ ਉੱਤੇ ਹਮਲਾ ਹੋਇਆ। ਮੈਂ ਉਸੇ ਵੇਲੇ ਇੱਥੇ ਆਇਆ ਤਾਂ ਆ ਕੇ ਦੇਖਿਆ ਤਾਂ ਸਵਾਮੀ ਜੀ ਖੂਨ ਨਾਲ ਲੱਥਪੱਥ ਸੀਗੇ ਔਰ ਅੰਦਰ ਸਮਾਨ ਜਿਵੇਂ ਖਿਲਰਿਆ ਪਿਆ ਸੀ, ਤਾਂ ਉਸ ਵੇਲੇ ਤਾਂ ਕੁਛ ਨਹੀਂ ਸੁੱਝਿਆ, ਇਹੀ ਸੀਗਾ ਕਿ ਸਭ ਤੋਂ ਪਹਿਲਾਂ ਇਹਨਾਂ ਨੂੰ ਜਿਹੜੀ ਆ ਫਸਟ ਏਡ ਮਿਲ ਜਾਏ। ਮੈਂ SHO ਸਿਟੀ ਨਾਲ ਉਸੇ ਵੇਲੇ ਗੱਲ ਕੀਤੀ ਔਰ ਸਵਾਮੀ ਜੀ ਨੂੰ ਲੈ ਕੇ ਮੈਂ ਚਲਾ ਗਿਆ ਆਪਣੇ ਹੋਸਪਿਟਲ। ਹੋਸਪਿਟਲ ਪਹੁੰਚਣ 'ਤੇ ਮੇਰੇ ਉਸ ਤੋਂ ਬਾਅਦ ਉੱਥੇ ਪੁਲਿਸ ਆਈ ਆ, ਪੁਲਿਸ ਆ ਕੇ ਫਿਰ ਉਹਨੇ ਸਾਰਾ ਇਨਵੈਸਟੀਗੇਸ਼ਨ ਕੀਤਾ, ਤਾਂ ਜਿਹੜੀ ਮੁੰਡਲੀ ਇਨਵੈਸਟੀਗੇਸ਼ਨ ਸੀ ਉਹ 'ਚ ਇਹ ਪਤਾ ਲੱਗਾ ਕਿ ਲੁੱਟ ਜਿਹੜੀ ਆ ਉਹ ਲੁੱਟਣ ਦੀ ਨੀਅਤ ਨਾਲ ਅੰਦਰ ਐਂਟਰ ਹੋਏ ਸੀ। ਲੇਕਿਨ ਮੈਂ ਸਿਰਫ ਇਹੀ ਚਿੰਤਾ ਕਰਦਾ ਕਿ ਅੱਜ ਭਗਵਾਂ ਚੋਲਾ ਜਿਹੜਾ ਜਿਹਨੂੰ ਆਪਾਂ ਰਿਸਪੈਕਟ ਦਿੰਦੇ ਹਾਂ ਔਰ ਜਿਹਦੇ ਸਿਰ 'ਤੇ ਆਪਾਂ ਕਹਿੰਦੇ ਸਮਾਜ ਟਿਕਿਆ ਆ, ਜੇ ਉਹਨਾਂ 'ਤੇ ਇੱਦਾਂ ਦੇ ਹਮਲੇ ਹੋਣ ਲੱਗ ਪਏ, ਇੱਦਾਂ ਦੀਆਂ ਘਟਨਾਵਾਂ ਹੋਣ ਲੱਗ ਪਈਆਂ, ਤਾਂ ਬਹੁਤ ਵੱਡੀ ਜਿਹੜੀ ਵਿਕ੍ਰਿਤੀ ਸਮਾਜ 'ਚ ਆ ਜਾਵੇਗੀ। ਔਰ ਸਵਾਮੀ ਜੀ ਜਿਹੜੇ ਆ ਇਹਨਾਂ ਦਾ ਇੱਥੇ ਆਪਣਾ ਇੱਕ ਬੜਾ ਅੱਛਾ ਇਹਨਾਂ ਦਾ ਸਿਸਟਮ ਹੈ, ਬਹੁਤ ਲੋਕ ਇਹਨਾਂ ਦੇ ਪੈਰੋਕਾਰ ਨੇ, ਸਾਰੇ ਬਹੁਤ ਇਸ ਗੱਲ ਤੋਂ ਚਿੰਤਤ ਨੇ, ਪਰੇਸ਼ਾਨ ਵੀ ਨੇ ਕਿ ਜੇ ਸਵਾਮੀ ਜੀ ਵਰਗਿਆਂ ਨਾਲ ਇੱਦਾਂ ਦੀ ਘਟਨਾ ਹੋ ਸਕਦੀ ਹੈ ਤਾਂ ਆਮ ਲੋਕਾਂ ਨਾਲ ਵੀ। ਜਿਕਰ ਖਾਸ ਹੈ ਕਿ ਜਿੱਥੇ ਲੋਕਾਂ ਦਾ ਕਹਿਣਾ ਹੈ ਕਿ ਉੱਚ ਅਧਿਕਾਰੀ ਜਾਂਚ ਦੇ ਲਈ ਨਹੀਂ ਪਹੁੰਚੇ, ਉੱਥੇ ਥਾਣਾ ਸਿਟੀ ਦੇ ਮੁਖੀ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਕੁਟੀਆ ਦੇ ਵਿੱਚ ਵਾਰਦਾਤ ਹੋਈ ਆ, ਕੀ ਸੀ ਪੂਰਾ ਮਾਮਲਾ? ਸੂਰਜ ਨਗਰ ਬਹਾਦਰਪੁਰ ਵਿੱਚ ਇੱਕ ਪੁਸ਼ਪਿੰਦਰ ਨਾਲ ਸਵਾਮੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਡੇਰਾ ਬਣਾ ਕੇ ਰਹਿ ਰਹੇ ਆ, ਅਤੇ ਉੱਥੇ ਡੇਰੇ ਦੇ ਉੱਤੇ ਸਾਨੂੰ ਕੱਲ੍ਹ ਸੰਜੀਵ ਤਲਵਾੜ ਨੇ ਇਤਲਾਹ ਦਿੱਤੀ ਰਾਤ ਨੂੰ ਵੀ ਉੱਥੇ ਇੱਕ ਬਾਬਾ ਜੀ ਦੇ ਨਾਲ ਮਾਰਕੁੱਟ ਕਰਕੇ ਕੋਈ ਹੈ, ਕੋਈ ਦੋ ਮੁੰਡੇ ਆਏ ਆ, ਜਿਸ 'ਤੇ ਅਸੀਂ ਮੌਕੇ 'ਤੇ ਗਏ ਜਾ ਕੇ ਦੇਖਿਆ, ਅਤੇ ਬਾਬਾ ਜੀ ਉੱਥੇ ਨਹੀਂ ਸੀ, ਬਾਬਾ ਜੀ ਨੂੰ ਹਸਪਤਾਲ ਲੈ ਕੇ ਜਾ ਚੁੱਕੇ ਸੀ, ਮੁੜ ਕੇ ਬਾਅਦ 'ਚ ਬਾਬਾ ਜੀ ਵੀ ਉੱਥੇ ਆ ਗਏ, ਅਤੇ ਜਿਹਨਾਂ ਦੱਸਿਆ ਕਿ ਦੋ ਮੁੰਡੇ ਆਏ ਸੀਗੇ ਸਾਡੇ ਕੋਲ 9:45 ਐਕਟੀਵਾ ਸਕੂਟਰ 'ਤੇ, 23-24 ਸਾਲ ਦੇ, ਅਤੇ ਜਿਹਨਾਂ ਨੇ ਮੈਨੂੰ ਉੱਥੇ ਫੜ ਲਿਆ ਕਮਰੇ ਵਿੱਚ ਅਤੇ ਮੇਰੇ ਸੱਟਾਂ ਮਾਰੀਆਂ ਅਤੇ ਪੈਸੇ ਖੋਹ ਕੀਤੀ ਹੈ।
ਕੀ ਕਾਰਵਾਈ ਸਰ ਹੋ ਗਈ? ਕਾਰਵਾਈ ਮੁਕਦਮਾ ਦਰਜ ਕਰ ਲਿਆ, ਬੜੀ ਜਲਦੀ ਅਸੀਂ ਇਹਨਾਂ ਦੇ ਲਾਗੇ ਪਹੁੰਚ ਰਹੇ ਹਾਂ। ਹੁਸ਼ਿਆਰਪੁਰ ਤੋਂ ਗੁਰਦੀਪ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ ਐਨ ਆਰ ਆਈ।